ਹਾਂਜੀ ਕਿਦਾਂ ਸਾਰ ਹੈ ਨੂੰ ਗੁੱਡ ਮਾਰਨਿੰਗ ਆਪਣੀ ਹੋ ਗਈ ਸਵੇਰ ਮੰਮੀ ਦੇਖ ਲੋ ਕਿਦਾਂ ਫਿਰ ਬੜੀ ਵਧੀਆ ਲਕਮਾਲ ਹੋ ਗਈ ਫਿਰ ਭੱਜੀ ਫਿਰਦੀ ਬਾਹਰ ਪਤਾ ਨਹੀਂ ਕੀ ਦੇਖੀ ਜਾਂਦੀ ਆ ਆਣ ਕੇ ਦੇਖਿਆ ਵੀ ਸੂਰਤ ਸਿਰ ਤੇ ਆ ਗਿਆ ਤਾਂ ਮੰਮੀ ਲੱਗ ਗਈ ਫਿਰ ਚਾਹ ਬਣਾਉਣ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਚਾਹ ਬਣਾ ਦੇ ਮੰਮੀ ਪਤਾ ਨਹੀਂ ਕੀ ਕੁਝ ਪਾਈ ਜਾਂਦੀ ਚਾਹ ਦੇ ਵਿੱਚ ਤੇ ਆਪਾਂ ਪਾ ਲਈ ਚਾਹ ਤੇ ਫਿਰ ਆਪਾਂ ਲਾਗੇ ਪੀਣ ਤੇ ਆਪਾਂ ਪਰਲਾ ਉੱਤੋਂ ਤੇ ਕੋਲਾ ਟੇਸਟੀ ਤੇ ਬਿਸਕਟਾਂ ਦਾ ਖਾਵਾਂਗੇ ਮੰਮੀ ਲੈ ਖਾਲੀ ਕਰ ਤਾ ਕੋਲਾ ਤੇ ਟੇਸਟੀ ਦੇ ਦੋ ਦਾਣੇ ਰਹਿ ਗਏ ਵਿੱਚ ਤਾਂ ਆਪਾਂ ਆਗੇ ਖੇਤ ਆਪਣੇ ਪਾਣੀ ਲੱਗਣਾ ਸੀ ਅੱਜ ਤੇ ਬੰਦੇ ਨੇ ਵੱਡੇ ਪੱਠੇ ਤੇ ਮੈਲਾ ਹੀ ਠੱਲਾ ਠੁੱਲਾ ਤੇ ਬਸ ਬੁਰਾ ਹਾਲ ਹੋ ਗਿਆ ਮੈਚ ਵਿੱਚ ਨਹੀਂ ਇੱਕ ਤੁੱਪ ਇੱਕ ਸਾਹ ਚੜ ਗਿਆ ਉੱਪਰ ਬੁਰਾ ਹਾਲ ਹੋ ਹੁਣ ਅਸੀਂ ਡੀਕਣ ਲੱਗੇ ਪਾਣੀ ਵੱਢਣ ਨੂੰ ਅਸੀਂ ਵਿੜਨਾ ਸੀ ਪਾਣੀ ਹੁਣ ਤੇ ਚਾਹਦੇ ਹੁਣ ਪਾਣੀ ਵੱਢਣਾ ਸੀ ਤੇ ਤੁਰੇ ਜਾਂਦੇ ਦੇਖ ਪਏ ਪਾਣੀ ਵੱਢਣ ਲਿਆਂ ਤਾਂ ਪਾਣੀ ਵੱਢ ਕੇ ਤੇ ਬਾਅਦ ਵਿੱਚ ਅਸੀਂ ਲਾਇਆ ਪਾਣੀ ਤੇ ਬਸ ਬਸ ਪੁੱਛਣਾ ਵਾ ਟੋਪੀ ਬੜੀ ਸੀ ਕਦੇ ਉੱਧਰ ਕਦੇ ਅੰਦਰ ਬਸ ਇਧੇ ਪੱਜੇ ਫਿਰਦੇ ਰਹੇ ਅਸੀਂ ਤੇ ਉਹਨਾਂ ਨੇ ਵਟ ਲੈ ਪਾਣੀ ਸਾਡੇ ਤੋਂ ਤੇ ਉਹ ਪਾਈ ਸਾਹਮਣੇ ਖੜਾ ਜਿਹਨੇ ਪਾਣੀ ਵਟਿਆ ਆਪਣੇ ਤੋਂ ਤਾਂ ਆਪਾਂ ਰੱਖ ਕੇ ਪੱਠੇ ਟਰੈਕਟਰ ਤੇ ਤਾਂ ਆ ਗਏ ਘਰੇ ਤੇ ਜੂ 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 ਕਰਦੇ ਟਕਰਿਆ ਆ ਗਏ ਘਰੇ ਆਣ ਕੇ ਦੇਖਿਆ ਮੰਮੀ ਹੁਣੇ ਤੋਰਨ ਸੁੱਤੀਆਂ ਮੀਆਂ ਦੇਖ ਲੈ ਲਾ ਕਮਾਲ ਹੋ ਗਿਆ ਐ ਫਿਕਰ ਇਹਨਾਂ ਨੂੰ ਕੋਈ ਤੇ ਮੈਂ ਇਧਰ ਆ ਗਿਆ ਨਾਉਣ ਹੁਣ ਪਾਣੀ ਲੈ ਕੇ ਜਾਂਦਾ ਸੀ ਮੈਂ ਨਾਉਣ ਚੱਲਿਆ ਤੇ ਜੱਟ ਨੇ ਕਰਕੇ ਵਾਲ ਵਲ ਸੈਟ ਤੇ ਜੱਟ ਤਾਂ ਕਹਿੰਦੇ ਐ ਮਛਰਾਂ ਜਿਵੇਂ ਹਲਵਾਈ ਵਿਆਹ ਚ ਮਛਰਿਆ ਹੁੰਦਾ ਤੇ ਇਧਰ ਮੰਮੀ ਨੂੰ ਆਣ ਕੇ ਦੇਖਿਆ ਮੰਮੀ , higasi.